सत श्री अकाल दोस्तों, मैं बहुत अहम मुद्दे ते अपने विचार थोड़े सन्मुख रखना चाहता सी। सो कल जेड़ा एनआईए दी रेड हुई है खालसा एड ते, वो बहुत ही मैं समझदा कि मदभागी घटना है और बिना किसी गल तो बिना किसी बात तो, क्योंकि खालसा एड ने हमेशा दीन दुखिया की मदद की है। मैनु याद है कि जेड़ा साड़ा किसान अंदोलन होया सी उदो भी खालसा एड ने मोहरी होके आपका फर्ज अदा किया, जाने कि वह भुलिया नहीं जा सकता जो खालसा एड की उस अंदोलन दे विच शमूलियत ते योगदान सीगा। उसे तरह ही हमेशा कदे कोई भी होया, चाहे लतीफपुरे दा मुद्दा सी, चाहे कोई होर मुद्दा है पंजाब दा, जिथे जिथे लोगां नूं लगदा है कि कोई जरूरत है किसी दीन दुखिया नूं, उत्थे खालसा एड मोहरी होके आपदा फर्ज अदा करदी है। और अचनचेत एनआईए दी रेड खालसा एड ते हो जानी, ਇਹ ਬਹੁਤ ਮਦਭਾਗੀ ਘਟਨਾ ਹੈ। ਮੈਰੀ ਪੂਰਨ ਕਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਔਰ ਬਹੁਤ ਸਾਰਾ ਕੁਝ ਹੋ ਰਿਹਾ ਹੈ ਪ੍ਰਦੇਸ਼ਾਂ ਦੇ ਅੰਦਰ, ਦੇਸ਼ਾਂ ਦੇ ਅੰਦਰ, ਕਿਸ ਤਰ੍ਹਾਂ ਗੈਂਗਸਟਰ, ਕਿਸ ਤਰ੍ਹਾਂ ਘਟਨਾਕ੍ਰਮ, ਕਿਸ ਤਰ੍ਹਾਂ ਲੋਕਾਂ ਤੋਂ ਫਰੌਤੀਆਂ ਮੰਗੀਆਂ ਜਾ ਰਹੀਆਂ, ਦਿਨ ਦਿਹਾੜੇ ਕਤਲੇਆਮ ਹੋ ਰਿਹਾ ਹੈ, ਉਹ ਤਾਂ ਮੇਰਾ ਖਿਆਲ ਉਹਦੇ ਤੇ ਤਾਂ ਨਜ਼ਰ ਨਹੀਂ ਹੈ। ਲੇਕਿਨ ਪਤਾ ਨਹੀਂ ਖਾਲਸਾ ਏਡ ਕਿਉਂ ਚੁੱਭ ਰਿਹਾ ਬੀਜੇਪੀ ਵਾਲਿਆਂ ਨੂੰ, ਕਿਉਂਕਿ ਖਾਲਸਾ ਏਡ ਗੁਰਸਿੱਖ ਲੋਕ ਨੇ, ਉਹ ਲੋਕਾਂ ਦੀ ਸੇਵਾ ਕਰਦੇ ਨੇ ਔਰ ਬਿਨਾਂ ਕਿਸੇ ਲਾਲਚ ਤੋਂ ਆਤਮ ਪੂਰਾ ਸਮਰਪਣ ਹੋ ਕੇ। ਸੋ ਇਹ ਬਹੁਤ ਮਾੜੀ ਗੱਲ ਹੈ। ਮੈਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਪੰਜਾਬ ਤੇ ਠੰਡੀ ਨਿਗਾਹ ਰੱਖੋ, ਨਾ ਕਿ ਹਰੇਕ ਵਿਅਕਤੀ ਜਿਹੜਾ ਗੁਰਸਿੱਖ ਹੈ ਔਰ ਪੰਜਾਬ ਨੂੰ ਪਿਆਰ ਕਰਨ ਵਾਲਾ ਹੈ ਉਹਨੂੰ ਤੁਸੀਂ ਇਸ ਤਰ੍ਹਾਂ ਬੁਰੀ ਨਜ਼ਰ ਨਾਲ ਤੱਕੋ। ਸੋ ਉਮੀਦ ਕਰਦਾ ਕਿ ਇਸ ਇਹਦੇ ਤੇ ਜ਼ਰੂਰ ਦੇਸ਼ ਦੇ ਗ੍ਰਹਿ ਮੰਤਰੀ ਕੋਈ ਟਿੱਪਾ ਟਿੱਪਣੀ ਕਰਨ। ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ, ਔਰ ਅਸੀਂ ਸਾਰੇ ਖਾਲਸਾ ਏਡ ਔਰ ਇਸ ਐਨਜੀਓ ਦੇ ਨਾਲ ਹਾਂ। ਬੇਸ਼ੱਕ ਸਾਨੂੰ ਕਿਸੇ ਨੇ ਮਦਦ ਵਾਸਤੇ ਨਹੀਂ ਕਿਹਾ, ਲੇਕਿਨ ਜਿੱਥੇ ਵੀ ਇਹੋ ਜਿਹੇ ਲੋਕਾਂ ਤੇ ਔਰ ਇਹੋ ਜਿਹੀਆਂ ਐਨਜੀਓਸ ਤੇ ਅਤਿਆਚਾਰ ਹੋਏਗਾ, ਉੱਥੇ ਹਮੇਸ਼ਾ ਹਿੱਕ ਡਾ ਕੇ ਅਸੀਂ ਉਹਨਾਂ ਦੇ ਨਾਲ ਖੜਾਂਗੇ। ਧੰਨਵਾਦ।